ਇਹ ਜਿਹੜੇ ਸਾਡਾ ਖਾਵਣ ਪੀਵਣ ਦਾ ਸਮਾਨ ਹੈ। ਦਾੜੀ ਬਣਾ ਮਸ਼ੀਨ ਇਹ ਬੈਂਕ ਬਣਾ ਕਹਿੰਦਾ ਇਹ ਆਬਿਦ ਇਹ ਮੇਰਾ ਠੀਕ ਹੈ ਇਹ ਹਾਜੀ ਖਾਲਿਕ ਦਾ अस्सलाम वालेकुम दोस्तों, क्या हाल है? तबीयत शबीयत ठीक है? मैं हाँ मोहम्मद नासिर, तुसरे दे पेवे यूट्यूब चैनल नासिर सोलगी। दोस्तों आज मेरी सब तो पहले वीडियो है सऊदी दे विच। अगे मैं पिछे पाकिस्तान बनेंदा रहना ते लेकिन इत्थे सऊदी आवण तो बाद मेरी फर्स्ट वीडियो है पहली। तो इंशाल्लाह अगां उम्मीद करे ना कि कोशिश करे सां मेरी वीडियो आंदी रहा सी तुहाडे कोल। ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਆਪਦੇ ਰਮਣ ਸਮਣ ਦਾ ਯਾਨੀ ਖਾਵਣ ਪੀਵਣ ਦਾ ਸਾਰਾ ਇੰਤਜ਼ਾਮ ਤੁਹਾਨੂੰ ਦਿਖਾਇਆ ਸਾਂ ਅਤੇ ਉਮੀਦ ਕਰੇ ਸਾਂ ਇਹ ਵੀਡੀਓ ਤੁਹਾਨੂੰ ਪਸੰਦ ਆ ਸੀ ਅਤੇ ਮੇਰੇ ਚੈਨਲ ਕੋ ਸਬਸਕ੍ਰਾਈਬ ਕਰ ਲਓ। ਹਮਾਰੀ ਵੀਡੀਓ ਦੇਖਣੇ ਕੇ ਲਈ ਹਮਾਰੇ ਚੈਨਲ ਨਾਸੀ ਸੋਲਵੀ ਕੋ ਸਬਸਕ੍ਰਾਈਬ ਕਰਕੇ ਘੰਟੀ ਕੇ ਬਟਨ ਕੋ ਦਬਾਉਣੀ ਚੈੱਕ ਕਰੋ। ਮਾਸ਼ਾਅੱਲਾ ਇਹ ਆਪਣੀ ਨਹੀਂ ਠੀਕ ਹੈ ਮਤਾਂ ਵਿੱਚ ਆਪਣੀ ਅੱਛਾ ਬਿਸਮਿਲਲਾ ਦਰਵਾਜ਼ਾ ਖੁੱਲ੍ਹੇ ਨੇ ਸਭ ਤੋਂ ਪਹਿਲਾਂ ਇਹ ਸਾਡੇ ਰਮਣ ਸ਼ਮਣ ਦਾ ਇੰਤਜ਼ਾਮ ਹੈ ਸਹੀ। ਮਾਸ਼ਾਅੱਲਾ ਦੇਖੋ ਕਿਤਨੀ ਸੋਹਣੀ ਟਾਇਲ ਲੱਗੀ ਪਈ ਹੈ। ਦਰਵਾਜ਼ਾ ਬੰਦ ਕਰ ਲਓ ਠੀਕ ਹੈ। ਸਭ ਤੋਂ ਪਹਿਲਾਂ ਇਹ ਪੜ੍ਹੋ, ਮੈਂ ਤਾਂ ਇਤਨਾ ਪੜ੍ਹਾਇਆ ਕਹਿ ਰਹੀ ਹਾਂ ਇਹ ਠੀਕ ਹੈ। ਇਹ ਮਜਲਿਸ ਇਹ ਅਗਲਾ ਦਰਵਾਜ਼ਾ ਪੜ੍ਹਨਾ ਬਿਸਮਿਲਲਾਹ ਰਹਿਮਾਨ ਰਹੀਮ। ਇਹ ਮਾਹੌਲ ਚੈੱਕ ਕਰੋ ਜ਼ਰਾ, ਇਹ ਕਮਰੇ ਨੇ, ਇਹ ਦਫ਼ਤਰ ਨੇ ਸਾਰੇ। ਇੱਥੇ ਸਾਡੀ ਰਿਹਾਇਸ਼ ਦੇ ਜੁੜੀਆਂ ਪਈਆਂ ਸਾਰੀ। ਇਹ ਕੱਪੜੇ ਮੇਰੇ ਖੜੇ ਨੇ ਅੱਜ ਦੋ ਤਿੰਨ। ਇਹ ਕਿਚਨ ਹੈ, ਇਹ ਦੇਖੋ ਸਾਡਾ ਖਾਣ ਪੀਣ ਦਾ ਇੰਤਜ਼ਾਮ ਕਿਤਨੀ ਮੌਜ ਹੈ। ਤੁਸੀਂ ਵੀ ਪਰੇਸ਼ਾਨ ਹੁੰਦੇ ਹੋ ਪਰਦੇਸ ਦੇ ਵਿੱਚ ਕਸ਼ਕ ਹੈ। ਇਹ ਮਸ਼ੀਨ ਹੈ ਕਲੀਨਾ ਸਾਫ਼ ਕਰਨ ਵਾਲੀ ਠੀਕ ਹੈ। ਇਹ ਚਲੇ ਇਸ ਵੱਲ ਤਾਂ ਲਿਖਿਆ ਸਾਂ, ਇਹ ਦੇਖੋ ਤੁਸੀਂ ਪਰੇਸ਼ਾਨ ਥੀਂਦੇ ਦੇ ਪਰਦੇਸ ਦੇ ਬੜੀ ਮੌਜਾਂ ਹਨ, ਬੜੀਆਂ ਮੌਜਾਂ ਹਨ ਠੀਕ ਹੈ। ਇਹ ਇਹ ਕਿਤਨੇ ਐਸੀ ਲੱਗੇ ਖਾਣੇ ਨੇ, ਇੱਕ ਇਹ ਦੋ ਉਹ ਲੱਗਾ ਖੜੇ ਕੁਰਸੀਆਂ ਦੇ ਨਾਲ, ਤਰੇ ਉਹ ਚਾਰ ਚਾਰ ਐਸੀ ਲੱਗੇ ਖੜੇ ਕਿਤਨਾ ਦੇ ਇੰਤਜ਼ਾਮ ਹੈ। ਇਹ ਇਹਦੇ ਦਫ਼ਤਰ ਹੈ, ਅਗਰ ਹੋਰ ਹੀ ਦਫ਼ਤਰ ਆ ਆਪਾਂ ਅੰਦਰ ਨਹੀਂ ਮੈਨੇ ਇਜਾਜ਼ਤ ਕੋ ਨਹੀਂ ਠੀਕ ਹੈ। ਇਹ ਕਿਸ਼ ਹੈ ਬੜਾ ਲਾਈਟਾਂ ਮੈਂ ਆਨ ਕਰ ਲਵਾਂ ਠੀਕ ਹੈ। ਇਹ ਗਰਮ ਪਾਣੀ ਕਰਨ ਵਾਲਾ, ਨਾ ਮੈਂ ਕੋਈ ਨਹੀਂ ਆਉਂਦਾ ਪਿਆ ਠੀਕ ਹੈ। ਇਹ ਮੂੰਹ ਹੱਥ ਧੋਣ ਵਾਲਾ, ਉਸ ਤੋਂ ਬਾਅਦ ਇਹ ਇਹ ਧੋਣ ਵਾਲਾ ਵਾਸ਼ਰੂਮ ਹੈ, ਉਹਨੂੰ ਜਾਵਾਂ ਲਿਖ ਕੇ ਲਿਖਣ। ਇਹ ਇਹ ਲੋਕ ਸੁੱਤੇ ਪਏ ਨੇ, ਇਹਨਾਂ ਦਾ ਮੈਂ ਤਾਰਫ ਕਰਾਇਆ ਸਾਂ ਤੁਹਾਨੂੰ ਜਰ ਇਹਨਾਂ ਨੂੰ ਸਮਝਣ ਦੇ। ਇਹ ਅਲ ਮਜਲਿਸ, ਇੱਥੇ ਤਕਰੀਰ ਆਉਂਦੀ ਹੈ ਹਰ ਬੁੱਧ ਠੀਕ ਹੈ। ਲੰਗਰ ਦਾ ਇੰਤਜ਼ਾਮ ਵੀ ਆਉਂਦਾ। ਅੱਛਾ ਇੱਕ ਅਰਬੀ ਵਾਲਾ ਕਿਹਾ ਦਿਨ ਇਹ ਕਿਹੜੇ ਖੜਾ ਬਣਾ ਹਾਂ ਸਾਂ ਅਲ ਮਕੇਫ ਠੀਕ ਹੈ ਐਸੀਆਂ ਨੂੰ। ਅੱਛਾ ਇਹ ਕਿਹੜੇ ਖੜਾ ਬਣਾ ਇਹ ਯਾਨੀ ਇੱਕ ਕਮਰਾ ਹੈ ਸਮਾਨ ਵਾਲਾ ਠੀਕ ਹੈ। ਇਹ ਦੇਖੋ ਕਿਤਨੀ ਕਿਤਾਬਾਂ ਪਈਆਂ ਮਾਸ਼ਾਅੱਲਾ ਅੱਲਾ ਦੇ ਬੰਦੇ ਹੋ। ਇਹ ਦੇਖੋ ਇਹ 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 ਬੈਗ ਵਾਲਾ ਕਹਿੰਦਾ ਇਹ ਆਬਿਦ ਇਹ ਮੇਰਾ ਠੀਕ ਹੈ, ਇਹ ਹਾਜੀ ਖਾਲਿਕ ਦਾ, ਇਹ ਅੱਬਾ ਲਸਨ ਦਾ ਠੀਕ ਹੈ। ਦੇਖ ਇਹ ਇਹ ਵੀ ਐਸੀ ਲੱਗਾ ਖੜਾ, ਇਹ ਸਿਰਫ ਸਮਾਨ ਵਾਲੇ ਕਮਰੇ 'ਚ ਐਸੀ। ਦੇਖ ਕਿਤਨਾ ਇੰਤਜ਼ਾਮ ਹੈ ਹੈਂ, ਤੁਸੀਂ ਪਰੇਸ਼ਾਨ ਥੀਂਦੇ ਪਏ ਉੱਥੇ। ਇਹ ਜਿਹੜੇ ਸਾਡਾ ਖਾਵਣ ਪੀਵਣ ਦਾ ਸਮਾਨ ਹੈ, ਇਹ ਸਾਲਣ ਬਣਦਾ ਪੀਏ ਠੀਕ ਹੈ। ਇਹ ਚੁੱਲ੍ਹਾ ਹੈ, ਕਿਚਨ ਹੀ ਵੇ ਠੀਕ ਹੈ।
ये हम साल बनाए देते हैं, ये पठान नमाज पढ़ता थी ठीक है। उस बार रोटियां बनाने सालन बनाते ठीक है, छोले बनाने छोले ते उगले खान, बार रोटी बनावनी है। ये प्रदेश का माहौल है भाइया, जान तो करें पिए। चल आखिरी दफा, चल आखिरी दफा इरफान मैं उठी। चम भाई इत पा ना खुती है, पा खुती है। हाँ हाँ दाड़ी बना मशीन ना तैयारी करे कर तैयारी छुट्टी मौज मारी करे और हम करें चल ना डा मारने दे दे तू मार लेना कौन डा मारने डा एक दू त्रै चार पांच छ सात आठ नौ डा ना ना ठीक है बन जाने बन जाने बस चल हूँ वाल मैं मरे ये ना बाहर जी मैं मरे ना रिया छी ना नाल लाया तो उठी ना जी मैं मरे ना कितने मार पत्ते कितने हां कहने के वीर बराबर गया था क्यों चढ़ गए वीर को तो डाक फर गया नहीं क्या ये गल ने कर रही मैं मार मार ओ तेरे दाड़ी बजे तेरे तुम हैं दाड़ी बजे तेरे तू बैठ रहा मैं के सीन ना लाया खान मोबाइल से नाम से जी दोस्तों ए ऐसा रोटी बनाने पैसे हम माहौल है परदेसियों का ऐसे परदेसियों का माहौल है कि आप सारा कुछ करना पवे और भाजी बनती पी है सालन ये रोटी बनती पी है और पैसों के बाद खास होने के बाद तुसें खवाए लाने हैं मौज मरा है भाई कि ऐसी जिंदगी है परदेस दोस्तों सब तो वो खाना भला केड़ा है रोटी खावना रोटी पकावना ते खावना ते कपड़े धोवना ये तू सब तो वो के काम में परदेश दे ठीक है हां बाकी वाले काम चलता है लेकिन कपड़े धोवना ते रोटी पकावना बड़ा मुश्किल है सवाने निगाई सदा लो हां हां सदा कपड़े धो रहे थे रोटियां पका रहे थे क्यों तंग आंदे वे तुसा बस यार वो क्या करो ये रोटी कहां से खाई बनाओ बस बाल भाई ते हां काम अपने आप आवन पे वाले ऐ टमाटर का वाले ऐ टमाटर जे शहर ते आंदी ना भाई हां इठे ना रोटी जल्दी ऐ टमाटर का वाले सब रोटी देर ध्यान कर रोटी दे रोटी दे ध्यान रोटी की दे तू रोटी देर ध्यान कर एक पर रुके चपड़ा का दिए धानी कटिया पे कांट तो रखिया सी के करूए ए वे सडे सादे गो बकरी जे खा में
ਮੋਟੇ ਮੋਟੇ ਕਾਟ ਤੇ ਰੱਖ ਲਈ ਤੂੰ ਇਹ ਵਾਲੀ ਜਾੜੀ ਆ ਕੇ ਛੋਟੇ ਛੋਟੇ ਬਰੀ ਕਟਿੰਗ ਕਰ ਚਲ ਜਲਦੀ ਕਰ ਉਹ ਰੋਟੀ ਦੇ ਧਿਆਨ ਕਰ ਰੋਟੀ ਦੀ ਤਿਆਰ ਹੈ ਪੋ ਪੋ ਉਹ ਭਾਈ ਉਹ ਕੰਮ ਨਹੀਂ ਇਹ ਕਿਸ਼ੇ ਚਲਾਈ ਖੜਾ ਇਹ ਟਿਕਟੌਕ ਚਲਦੀ ਪਈ ਹਾਂ ਯਾ ਕਹੀ ਕੋ ਦੇ ਧਰ ਆਵੇ ਨਾ ਇੱਕੋ ਇੱਕੋ ਹਾਂ ਜੇ ਇੱਕੋ ਨਹੀਂ ਆ ਹਾਂ ਰੋਟੀ ਦੇ ਧਿਆਨ ਕਰ ਮੈਂ ਰੋਟੀ ਪਕਾ ਦੇ ਰੋਟੀ ਬਈ ਸੱਟਾਂ ਮੈਂ ਰੋਟੀਆਂ ਸੜਦੀਆਂ ਪਈਆਂ ਦੇਖ ਕੋ ਨਾ ਰੋਟੀ ਨਹੀਂ ਸੜਨ ਦੇਣਾ ਤੂੰ ਮੋਬਾਈਲ ਦੇ ਮੋਜ ਮੁਤਰਿਆ ਰੋਟੀ ਸੜਦੀ ਚਲਦਾ ਅਸਲ ਤਵਾ ਹੈ ਬਾਹਰ ਹਾਂ ਸੇਫ ਪਕੜ ਲਵੇ ਨਾ ਔਖਾ ਜਿਹਾ ਕਰਾਂ ਸੱਠ ਮੁਦੀਰ ਨਾਲ ਸਵੇਰੇ ਮੈਂ ਤੈਨੂੰ ਮਿਲ ਵਾਇਆ ਸਾਂ ਦੇਖਿਆ ਉਹਦਾ ਇੰਟਰਵਿਊ ਲੈ ਸੋ ਆਪਾਂ ਹਾਂ ਸ਼ਾਂ ਪਰ ਉੱਤੇ ਝਾੜ ਤੇ ਰੱਖਦੇ ਹਾਂ ਮੈਂ ਨਹੀਂ ਸੁੱਕ ਓਏ ਜਲਦੀ ਜਲਦੀ ਉਹ ਵੈਂਦਾ ਬੀਆ ਕੇ ਅੱਲਾ ਮੀਆਂ ਹੱਸਦੀ ਹੋਏ ਵੀ ਤੈਨੂੰ ਹਾਂ ਮੇਰੀ ਤਾਂ ਮੀਆਂ ਫੁਰਸਤ ਨਹੀਂ ਪੈਂਦੀ ਪਈ ਮੈਂ ਪਤਾ ਕਿਉਂ ਕੁਛ ਦੇ ਲੈਣ ਹੁਣ ਬਰਫ ਤੋਂ ਲਿਖੀ ਛੇ ਮਹੀਨਾ ਸਾਰਾ ਹੋਏ ਛੇ ਮਹੀਨੇ ਵਾਲੀ ਇੰਤਜ਼ਾਰ ਕਰੇ ਸੂ ਦੇਖ ਰੋਟੀ ਮੇਰੀ ਦੇਖ ਬਣਦੀ ਕੋਈ ਬਿਹਤਰੀਨ ਹਾਂ ਕੋਈ ਪਤਾ ਕਾ ਨੀ ਬੋਲੋ ਘਰ ਦਾ ਅੱਲਾ ਹਾਫਿਜ਼ ਵੀ ਆ ਕੇ ਦੱਸ ਜਰਾ ਇਹ ਮੇਰੀ ਦਾੜੀ ਕਿਵੇਂ ਲੱਗਦੀ ਪਈ ਠੱਪ ਦੇ ਆਉਂ ਠੱਪ ਨਹੀਂ ਮੈਂ ਉਹਨੂੰ ਨਾ ਠੱਪ ਦੇ ਤੈਨੂੰ ਠੱਪ ਦਿੰਦੇ ਆ ਰੋਜ਼ ਤੇ ਟਕਲਾ ਕਿਉਂ ਉੱਠੀ ਹੋ ਰਿਹਾ ਭਾਈ ਉਮਰਾ ਕੀ ਪਏ ਅੱਲਾ ਪਾਕ ਤੋਂ ਵੀ ਕਰਾਵੇ ਆ ਮੀਨ ਲਿਖਾਇਆ ਜ਼ਰੂਰ ਕਮੈਂਟ ਠੀਕ ਹੈ ਅੱਲਾ ਪਾਕ ਤੁਹਾਨੂੰ ਮਦੀਨਾ ਦਿਖਾਵੇ ਨਾਲੇ ਮੱਕਾ ਦਿਖਾਵੇ ਉਮਰਾ ਕੀਤੇ ਤਾਂ ਟਕਲਾ ਕਰਾਇਆ ਆਇਆ ਹਾਂ ਵਾਲੀ ਬਾਲ ਫਿਰ ਵਿੱਚ ਅੱਛੇ ਠਹਿਰ ਨਹੀਂ ਦੇਖਣਾ ਬਲਦੇ ਪੈਣ ਆਲੂ ਕੱਲ੍ਹ ਅਸਾਂ ਪਰਾਂਠੇ ਬਣਾਵੇ ਸੁਬਹ ਨਾਲ ਠੀਕ ਹੈ ਕੱਲ੍ਹ ਇਨਸ਼ਾ ਅੱਲਾ ਪਰਾਂਠੇ ਬਣਾਏ ਸੀ ਅਤੇ ਦੋਸਤੋ ਅੱਜ ਵੀਡੀਓ ਦਾ ਐਂਡ ਕਰਨੇ ਹਾਂ ਅਤੇ ਹੁਣ ਰੋਟੀ ਖਾ ਪੋ ਅਤੇ ਅਸਾਂ ਇਹਦਾ ਨਾਂ ਸੁਣਦੇ ਪਏ ਇਨਸ਼ਾ ਅੱਲਾ ਕੱਲ੍ਹ ਵਾਲੀ ਵੀਡੀਓ ਤੁਹਾਡੇ ਨਾਲ ਮਿਲ ਸੂ ਅਤੇ ਮਿਲਦੇ ਹੈ ਕੱਲ੍ਹ ਵਾਲੀ ਵੀਡੀਓ 'ਚ ਵੀਡੀਓ ਦਾ ਇੰਤਜ਼ਾਮ ਜ਼ਰੂਰ ਕਰਾਂਗੇ ਠੀਕ ਹੈ ਮਿਲਦੇ ਹਾਂ ਕੱਲ੍ਹ ਵਾਲੀ ਵੀਡੀਓ 'ਚ